ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੇਰਾ ਵੀਰ ਜੱਗੀ ਇਹਨੇ ਇੱਕ ਫੋਕ ਸੌਂਗ ਲਿਖਿਆ ਅਤੇ ਉਹਦੀਆਂ ਚਾਰ ਲੈਣਾ ਤੁਹਾਡੀ ਨਜ਼ਰ ਕਰਨ ਜਾ ਰਹੇ ਹਾਂ। ਚੰਗਾ ਲੱਗਿਆ ਸ਼ੇਅਰ ਜ਼ਰੂਰ ਕਰ ਦਿਓ ਜੀ। ਹੋ ਕਦੇ ਵੀ ਆਪਣਾ ਹੱਥ ਕਿਸੇ ਦੀ ਪੱਗ ਨੂੰ ਪਾਈਏ ਨਾ, ਉਹ ਐਵੇਂ ਕਿਸੇ ਨੂੰ ਟੌਂਟ ਮਾਰ ਕੇ ਅਣਖ ਜਗਾਈਏ ਨਾ, ਉਹ ਕਦੇ ਵੀ ਆਪਣਾ ਹੱਥ ਕਿਸੇ ਦੀ ਪੱਗ ਨੂੰ ਪਾਈਏ ਨਾ, ਉਹ ਐਵੇਂ ਕਿਸੇ ਨੂੰ ਟੌਂਟ ਮਾਰ ਕੇ ਅਣਖ ਜਗਾਈਏ ਨਾ। ਉਹ ਜਿਹੜੇ ਫੂਕਾਂ ਦਿੰਦੇ ਯਾਰ ਮਤਲਬ ਹੀ ਮਾੜੇ ਹੁੰਦੇ ਨੇ, ਉਹ ਚੁਗਲਖੋਰ ਬੇਈਮਾਨ ਤੇ ਗੱਪੀ ਸਾਰੇ ਹੀ ਹੁੰਦੇ ਨੇ, ਉਹ ਚੁਗਲਖੋਰ ਬੇਈਮਾਨ ਤੇ ਗੱਪੀ ਸਾਰੇ ਹੀ ਹੁੰਦੇ ਨੇ। ਉਹ ਦੁਨੀਆਂ ਅੱਗੇ ਲੰਘ ਗਈ ਆਪਾਂ ਉੱਥੇ ਰਹਿ ਗਏ ਨੀ, ਉਹ ਲੋਕੀ ਚੰਨ ਤੇ ਪਹੁੰਚ ਗਏ ਆਪਾਂ ਪੰਡਤਾਂ ਦੇ ਬਹਿ ਗਏ ਨੀ, ਉਹ ਦੁਨੀਆਂ ਅੱਗੇ ਲੰਘ ਗਈ ਆਪਾਂ ਉੱਥੇ ਰਹਿ ਗਏ ਨੀ, ਉਹ ਲੋਕੀ ਚੰਨ ਤੇ ਪਹੁੰਚ ਗਏ ਆਪਾਂ ਪੰਡਤਾਂ ਦੇ ਬਹਿ ਗਏ ਨੀ। ਇਹ ਪਖੰਡਵਾਦ ਦੀ ਅੱਗ ਚੋਂ ਬੰਦਾ ਮੋੜ ਵੀ ਹੁੰਦਾ ਨਾ, ਉਹ ਅੰਧ ਵਿਸ਼ਵਾਸ ਤੇ ਵਹਿਮ ਭਰਮ ਦਾ ਤੋੜ ਕੋਈ ਹੁੰਦਾ ਨਾ, ਅੰਧ ਵਿਸ਼ਵਾਸ ਤੇ ਵਹਿਮ ਭਰਮ ਦਾ ਤੋੜ ਕੋਈ ਹੁੰਦਾ ਨਾ। ਉਹ ਪਿਓ ਪੁੱਤ ਦੇ ਸ਼ੌਂਕ ਪਗਾਉਂਦਾ ਮਾਤਾ ਖੈਰਾ ਮੰਗੇ ਵੇ, ਉਹ ਜਿਹਨੂੰ ਮਾਪਿਆਂ ਹੱਥ ਫੜ ਠਾਇਆ ਉਹੀ ਘਰ ਚੋਂ ਕੱਢੇ ਵੇ, ਉਹ ਪਿਓ ਪੁੱਤ ਦੇ ਸ਼ੌਂਕ ਪਗਾਉਂਦਾ ਮਾਤਾ ਖੈਰਾ ਮੰਗੇ ਵੇ, ਉਹ ਜਿਹਨੂੰ ਮਾਪਿਆਂ ਹੱਥ ਫੜ ਠਾਇਆ ਉਹੀ ਘਰ ਚੋਂ ਕੱਢੇ ਵੇ। ਉਹ ਜਦੋਂ ਆਪਣੇ ਹੋਏ ਜ਼ਬਾਨ ਤੇ ਪਤਾ ਫੇਰ ਹੀ ਲੱਗਦਾ ਆ, ਉਹ ਫਿਰ ਵਿੱਚ ਬੁਢਾਪੇ ਮਾਂ ਪਿਓ ਬੰਦਾ ਚੇਤੇ ਕਰਦਾ ਆ, ਉਹ ਫਿਰ ਵਿੱਚ ਬੁਢਾਪੇ ਮਾਂ ਪਿਓ ਬੰਦਾ ਚੇਤੇ ਕਰਦਾ ਆ। ਥੈਂਕ ਯੂ।